हेलो एवरीवन, वेलकम टू माय चैनल जिसका नाम है सिमरम पंजाबी चैनल। खास तौर पे उन स्टूडेंट वास्ते बनाया गया जो कि एनटीए यूजीसी नेट एग्जाम की तैयारी कर रहे हैं। इतने आके तुसी अपने एग्जाम की तैयारी कर सकते हो। जिन्हें भी टॉपिक है तुम्हारे एग्जाम के नाल रिलेटेड सारे तुम्हें इतने मिल जाएंगे। सो चैनल को सब्सक्राइब जरूर कर लो, नाल दा नाल बेल आइकन नु जरूर प्रेस कर लो ताकि तुम्हें नोटिफिकेशन मिलती रहे। इस तों अलावा लाइक सो करो, वीडियोस नु शेयर करे, कमेंट करके दस्सो किस तरह लगदे पने। टेलीग्राम चैनल उत्ते जाकर भी तुसी फॉलो कर सकदे हो। डिस्क्रिप्शन बॉक्स विच लिंक मिल जाएगा, उत्थे जाके ਕਿ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਵੀਡੀਓਜ਼ ਦੇ ਲਿੰਕ ਤੁਹਾਨੂੰ ਨਾਲ ਦੇ ਨਾਲ ਹੀ ਮਿਲ ਜਾਣਗੇ। ਇਸ ਤੋਂ ਇਲਾਵਾ ਅਗਰ ਤੁਸੀਂ ਐਨਟੀਏ ਯੂਜੀਸੀ ਨੈਟ ਐਗਜ਼ਾਮ ਦੇ ਨਾਲ ਰਿਲੇਟਡ ਬੈਚ ਕੋਰਸ ਜੁਆਇਨ ਕਰਨਾ ਹੋਏਗਾ ਤਾਂ ਜਲਦ ਹੀ ਅਨਾਊਂਸ ਕਰਨ ਜਾ ਰਹੀ ਹਾਂ ਬੈਚ ਕੋਰਸ, ਕਿਉਂਕਿ ਦੇਖੋ ਜਿੰਨੇ ਵੀ ਸਟੂਡੈਂਟ ਹਜੇ ਤੱਕ ਇੱਥੋਂ ਜਾ ਕੇ ਪੜ੍ਹ ਕੇ ਗਏ ਨੇ, ਜ਼ਿਆਦਾਤਰ ਕਈਆਂ ਦਾ JRF ਹੋ ਚੁੱਕਾ ਹੈ, ਕਈਆਂ ਦੀ ਯੂਨੀਵਰਸਿਟੀ 'ਚ PhD ਲੱਗ ਚੁੱਕੀ ਹੈ, ਅਤੇ ਕਈ ਜਿਹੜੇ ਆਲਰੇਡੀ ਪਾਸ ਹੋ ਚੁੱਕੇ ਨੇ ਅੱਗੇ ਪ੍ਰੋਫੈਸਰ ਵਗੈਰਾ ਲੱਗ ਚੁੱਕੇ ਨੇ। ਸੋ ਇੰਨਾ ਜ਼ਰੂਰ ਹੈ ਕਿ ਜਿੰਨਾ ਵੀ ਮੈਂ ਕਰਵਾਉਂਦੀ ਹਾਂ ਉਸਦੇ ਵਿੱਚ ਪੇਪਰ ਜ਼ਰੂਰ ਆਉਂਦਾ ਹੈ, ਤੋ ਜ਼ਰੂਰ ਇੱਥੋਂ ਜਿਹੜਾ ਹੈਗਾ ਵਾ ਜਿਹੜੇ ਬੈਚ ਕੋਰਸ ਜੁਆਇਨ ਕਰ ਦੇਣਗੇ ਇਸ ਵਾਰ, ਉਹਨਾਂ ਨੂੰ ਜਿਹੜੇ ਹੈਗਾ ਵਾ ਟੋਪਿਕਸ ਜਿਹੜੇ ਹੈਗੇ ਨੇ ਉਹ ਕਰਵਾਏ ਜਾਣਗੇ, ਜਿਹੜੇ ਹੈਂਡ ਰਿਟਨ ਰੂਲਸ ਹੋਣਗੇ ਉੱਥੋਂ। ਸੋ ਕਿਉਂਕਿ ਪਿਛਲੀ ਵਾਰ ਪੇਪਰ ਜਿਹੜਾ ਸੀ ਸਾਰਾ ਇਸ ਤੋਂ ਹੀ ਆਇਆ ਸੀ, ਸੋ ਜ਼ਰੂਰ ਜਿਹੜੇ ਹੈਗੇ ਨੇ ਜੁਆਇਨ ਕਰਿਓ ਕੋਰਸ। ਅਤੇ ਅੱਜ ਅਸੀਂ ਟੋਪਿਕ ਕਰਾਂਗੇ ਅਸੀਂ ਆਪਣਾ ਨੈਕਸਟ, ਜਿਸ ਦੇ ਵਿੱਚ ਅਸੀਂ ਪ੍ਰਵਾਸੀ ਨਾਵੀ ਸਰੋਕਾਰ ਦੇ ਬਾਰੇ ਪੜ੍ਹਾਂਗੇ। ਇਸ ਤੋਂ ਪਹਿਲਾਂ ਅਸੀਂ ਨਾਵਲਕਾਰ ਜਿਹੜੇ ਸੀ ਉਹਨਾਂ ਦੇ ਬਾਰੇ ਪੜ੍ਹਿਆ ਸੀ, ਇੱਕ ਜਿਹੜਾ ਰਹਿ ਗਿਆ ਸੀ ਸਾਡੇ ਕੋਲ ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਪੜ੍ਹਾਂਗੇ ਅਸੀਂ, ਜਿਹੜੇ ਸਾਡੇ ਕੋਲ ਕੈਨੇਡੀਅਨ ਨਾਵਲਕਾਰ ਨੇ। ਨਾਲ ਦੇ ਨਾਲ ਇਸੇ ਵਿੱਚ ਉਹਨਾਂ ਦੇ ਜਿਹੜੇ ਸਰੋਕਾਰ ਮਿਲਦੇ ਨੇ ਦੋਨਾਂ ਦੇ, ਤੇ ਉਹਨਾਂ ਦੇ ਬਾਰੇ ਅਸੀਂ ਪੜ੍ਹਾਂਗੇ, ਤੇ ਕਿਹੜੇ ਕਿਹੜੇ ਲੇਖਕ ਨੇ ਕਿੰਨਾ ਕਿੰਨਾ ਨੂੰ ਲੈ ਕੇ ਜਿਹੜੇ ਕਿ ਸੀ ਰਚਨਾਵਾਂ ਲਿਖੀਆਂ ਸੀ। ਸੋ ਸਭ ਤੋਂ ਪਹਿਲਾਂ ਜਿਹੜੇ ਹੈਗੇ ਸੀ ਕੈਨੇਡੀਅਨ ਨਾਵਲਕਾਰ, ਉਹਨਾਂ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਅਮਰਜੀਤ ਸਿੰਘ ਆਉਂਦੇ ਨੇ, ਜਿਨ੍ਹਾਂ ਨੇ ਵਹਿੰਦੇ ਪਾਣੀ ਜੋ ਕਿ ਉਹਨਾਂ ਦਾ ਨਾਵਲ ਸਾਨੂੰ ਮਿਲਦਾ ਹੈਗਾ ਵਾ 1999 ਦੇ ਵਿੱਚ, ਉਹਨਾਂ ਦਾ ਨਾਵਲ ਹੈ ਇੱਕੋ ਇੱਕ। ਇਸ ਤੋਂ ਬਾਅਦ ਅਮਰਜੀਤ ਸੂਫੀ ਜਿਨ੍ਹਾਂ ਦਾ ਸਿਮਰ ਰੁੱਖ ਸਰਾਇਆ, ਜਿਹੜਾ ਕਿ 2007 ਦੇ ਵਿੱਚ ਜਿਹੜਾ ਹੈਗਾ ਸੀ ਪ੍ਰਕਾਸ਼ਿਤ ਹੋਇਆ ਸੀ ਅਵਤਾਰ ਰੋਡੇ ਉਡੀਕ, 1993 ਦੇ ਵਿੱਚ ਤਲਾਸ਼, 2014 ਦੇ ਵਿੱਚ ਅਨਵਿੰਦਰ ਬੜੈਚ ਸਮੁੰਦਰੋਂ ਪਾਰ, ਉਹਨਾਂ ਦਾ ਇੱਕੋ ਇੱਕ ਨਾਵਲ। ਅੱਗੇ ਆਏ ਦਾ ਸਾਡੇ ਕੋਲ ਇੱਕ ਬਾਰ ਮਾਹਲ, ਡੌਗੀ ਟੇਲ ਅਤੇ ਡਰਾਈਵ 2012 ਦੇ ਵਿੱਚ, ਇਕਬਾਲ ਰਾਮੂ ਵਾਲੀਆ ਮੌਤ ਇੱਕ ਪਾਸਪੋਰਟ ਦੀ 2005, ਦ ਡੈਥ ਆਫ ਅ ਪਾਸਪੋਰਟ ਅਤੇ ਦ ਮਿਡ ਏਅਰ ਫਰੋਮ ਜਿਹੜਾ ਹੈਗਾ ਵਾ ਉਹਨਾਂ ਦੇ ਸਾਨੂੰ ਨਾਵਲ ਮਿਲਦੇ ਨੇ। ਨੈਕਸਟ ਮਿਲਦੇ ਨੇ ਸਾਧੂ ਸਿੰਘ ਧਾਮੀ, ਜਿਨ੍ਹਾਂ ਨੇ ਮਲੁਕਾ ਪਾਰਟ 188 ਦੇ ਵਿੱਚ 1988, ਦੂਜਾ ਹਿੱਸਾ 1993 ਦੇ ਵਿੱਚ ਪ੍ਰਕਾਸ਼ਿਤ ਕਰਵਾਇਆ ਸੀ। ਇੱਕ ਉਹਨਾਂ ਦਾ ਹੋਰ ਨਾਵਲ ਸਾਨੂੰ ਪਰਾਇਆ ਧਨ 2008 ਦੇ ਵਿੱਚ ਮਿਲਦਾ ਹੈਗਾ ਵਾ। ਸਾਧੂ ਬਿਨਿੰਗ ਜੁਗਤੂ 2002 ਦੇ ਵਿੱਚ ਪ੍ਰਕਾਸ਼ਿਤ ਹੋਇਆ ਉਹਨਾਂ ਦਾ ਮਿਲਦਾ ਹੈ। ਨੈਕਸਟ ਆਏ ਕਹਿੰਦੇ ਸਾਡੇ ਕੋਲ ਸੁਖਵੰਤ ਹੁੰਦਲ ਮਲੁਕਾ ਭਾਗ ਪਹਿਲਾ, ਜਿਹੜਾ ਕਿ ਸਾਧੂ ਸਿੰਘ ਧਾਮੀ ਦੇ ਅੰਗਰੇਜ਼ੀ ਨਾਵਲ ਦਾ ਅਨੁਵਾਦ ਕੀਤਾ ਸੀ। ਧਰਤੀ ਧੰਨ ਨਾ ਆਪਣਾ ਜਗਦੀਸ਼ ਚੰਦਰ ਦੇ ਹਿੰਦੀ ਨਾਵਲ ਦਾ ਅਨੁਵਾਦ ਉਹਨਾਂ ਨੇ ਕੀਤਾ ਸੀ 2016 ਦੇ ਵਿੱਚ। ਸੁਖਿੰਦਰ ਨੈਕਸਟ ਮਿਲਦੇ ਨੇ ਨਾਵਲਕਾਰ, ਜਿਨ੍ਹਾਂ ਨੇ ਅਲਾਰਮ ਕਲੋਕ 2003 ਦੇ ਵਿੱਚ ਪ੍ਰਕਾਸ਼ਿਤ ਨਾਵਲ ਦਿੱਤਾ ਸੀ। ਸੁਸ਼ੀਲ ਕੌਰ ਧਰਤਪਰਾਈ ਆਪਣੇ ਲੋਕ 1994 ਦੇ ਵਿੱਚ, ਕੇਸਰ ਸਿੰਘ ਨਾਵਲਿਸਟ ਜਿਨ੍ਹਾਂ ਨੇ ਲਹਿਰ ਵਧਦੀ ਗਈ, ਸ਼ਹੀਦ ਊਧਮ ਸਿੰਘ, ਜੰਗੀ ਕੈਦੀ ਬਾਬਾ ਹਰੀ ਸਿੰਘ ਉਸਮਾਨ, ਅਮਰ ਸ਼ਹੀਦ ਮਦਨ ਲਾਲ ਟਿੰਗਰਾ, ਅਮਰ ਸ਼ਹੀਦ ਮੇਵਾ ਸਿੰਘ ਲਪੋਕੇ, ਸਿੰਘ ਸਾਹਿਬ ਦੀ ਸ਼ਹਾਦਤ, ਜੰਝ ਲਾੜਿਆਂ ਦੀ ਤੇ ਤੀਜੀ ਪੀੜ੍ਹੀ, ਵਾਰਿਸ ਸ਼ਾਹ ਦੀ ਮੌਤ, ਕਾਮਾ ਗਾਟਾ ਮਾਰੂ, ਗਦਰੀ ਗੁਲਾਬ, ਹੀਰੋਸ਼ਿਮਾ, ਇੱਕ ਮਾਨ ਸੰਧੂਰੀ, ਮਨੁੱਖਤਾ ਦੀ ਮੌਤ, ਵਾਗਾ ਤੋੜੋ, ਬੇਵਤਨੇ, ਸਾਂਝਾ ਪੰਜਾਬ, ਗੱਦਾਰ ਬੇਲਾ ਸਿੰਘ,
ਹਥਿਆਰਬੰਦ ਇਨਕਲਾਬ ਤੇ ਲੰਡਨ ਰੋਡ ਤੇ ਗ੍ਰੀਨ ਕਾਰਡ, ਇਹ ਉਹਨਾਂ ਦੇ ਨਾਵਲ ਸਾਨੂੰ ਮਿਲਦੇ ਨੇ। ਕੁਲਜੀਤ ਮਾਨ ਨੈਕਸਟ ਸਾਨੂੰ ਮਿਲਦੇ ਨੇ ਨਾਵਲਕਾਰ, ਜਿਨ੍ਹਾਂ ਨੇ ਕਿਟੀ ਮਾਰਸ਼ਲ 2013 ਦੇ ਵਿੱਚ ਪ੍ਰਕਾਸ਼ਿਤ ਨਾਵਲ ਦਿੱਤਾ। ਖੋਜੀ ਕਾਫਿਰ ਸਿਰੋ ਸਖਨੇ ਲੋਕ 2005 ਦੇ ਵਿੱਚ ਪ੍ਰਕਾਸ਼ਿਤ ਨਾਵਲ। ਗੁਰਜੀਤ ਸਾਂਗਰਾ ਉੜਤ ਸੱਚ ਰਹੀ 1980 ਦੇ ਵਿੱਚ ਪ੍ਰਕਾਸ਼ਿਤ ਉਹਨਾਂ ਦਾ ਨਾਵਲ ਮਿਲਦਾ ਹੈ। ਜਰਨੈਲ ਸਿੰਘ ਸੇਖਾ ਦੁਨੀਆ ਕੈਸੀ ਹੋਏ 1996, 2002 ਤੇ 2008 ਦੇ ਵਿੱਚ ਪ੍ਰਕਾਸ਼ਿਤ। ਭਗੌੜਾ 2008 ਦੇ ਵਿੱਚ, ਭਗੌੜਾ ਹਿੰਦੀ ਅਨੁਵਾਦ ਵੀ ਜਿਹੜਾ ਕਿ 2004 ਦੇ ਵਿੱਚ, ਵਿਗੋਚਾ 2009 ਦੇ ਵਿੱਚ ਤੇ ਬੇਗਾਨੇ 2014 ਦੇ ਵਿੱਚ ਪ੍ਰਕਾਸ਼ਿਤ ਉਹਨਾਂ ਦੇ ਨਾਵਲ ਮਿਲਦੇ ਨੇ। ਨਛੱਤਰ ਸਿੰਘ ਬਰਾੜ ਕਿਹੜੀ ਰੁੱਤੇ ਆਏ 2008, ਚਿੜੀਆਂ ਦੀ ਸਜ਼ਾ 2010 ਦੇ ਵਿੱਚ ਪ੍ਰਕਾਸ਼ਿਤ। ਨਦੀਮ ਪਰਮਾਰ ਚਿੱਟੀ ਮੌਤ 1995, ਇੰਦਰਜਲ 2004, ਪੇਸ਼ੀ 2006, ਸਪਾਂਸਰਸ਼ਿਪ 2009 ਤੇ ਨਿਪੱਤਾ ਰੁੱਖ 2014 ਦੇ ਵਿੱਚ ਪ੍ਰਕਾਸ਼ਿਤ ਨਾਵਲ ਮਿਲਦਾ ਹੈ। ਨਿਛੱਤਰ ਗਿੱਲ ਜਿਹੜੇ ਨੈਕਸਟ ਹੈਗੇ, ਉਹਨਾਂ ਨੇ ਸਾਨੂੰ ਔਜੜੇ ਰਾਹੀ 2007, ਨਿਰਮਲ ਸਿੰਘ ਮਹਿਰੋਕ ਫਾਸਲਾ 1997 ਦੇ ਵਿੱਚ ਪ੍ਰਕਾਸ਼ਿਤ ਸਾਨੂੰ ਨਾਵਲ ਦਿੱਤੇ ਨੇ। ਅੱਗੇ ਆਏ ਤਾਂ ਸਾਡੇ ਕੋਲ ਫੌਜੀਆ ਰਫੀਕ ਸਕੀਨਾ 2011 ਦੇ ਵਿੱਚ, ਬਲਬੀਰ ਕੌਰ ਸੰਘੇੜਾ ਹੱਕ ਦੀ ਮੰਗ 1978, ਇੱਕ ਖੱਤ ਸੱਜਣਾ ਦੇ ਨਾਂ 1979। ਅੱਗੇ ਆਇੰਦਾ ਜਾਲ 2010 ਦੇ ਵਿੱਚ ਪ੍ਰਕਾਸ਼ਿਤ ਉਹਨਾਂ ਦੇ ਨਾਵਲ ਮਿਲਦੇ ਨੇ। ਤੇ ਲਾਸਟ ਨਾਵਲਕਾਰ ਜਿਹੜੇ ਸਾਨੂੰ ਮਿਲਦੇ ਨੇ, ਰਾਜਵੰਤ ਰਾਜ ਪਿਓਂਦ 2019 ਦੇ ਵਿੱਚ ਉਹਨਾਂ ਨੇ ਸਾਨੂੰ ਜਿਹੜਾ ਗਵਾ ਨਾਵਲ ਦਿੱਤਾ ਸੀ। ਅੱਗੇ ਸਾਨੂੰ ਇਹਦੇ ਵਿੱਚ ਜਿਹੜੇ ਸਰੋਕਾਰ ਮਿਲਦੇ ਨੇ, ਵੱਖ ਵੱਖ ਲੇਖਕਾਂ ਦੇ ਵੱਲੋਂ ਜਿਹੜੇ ਸਰੋਕਾਰ ਲੈ ਕੇ ਜਾਂ ਜਿਹੜੇ ਵਿਸ਼ੇ ਲੈ ਕੇ ਕਿਸ ਤਰੀਕੇ ਨਾਲ ਨਾਵਲ ਲਿਖੇ ਗਏ ਸੀ, ਉਹ ਹੁਣ ਅਸੀਂ ਅੱਗੇ ਪੜ੍ਹਾਂਗੇ। ਛੋਟੀ ਜਿਹੀ ਵੀਡੀਓ ਹੈ, ਜ਼ਿਆਦਾ ਲੰਬੀ ਨਹੀਂ ਹੈਗੀ। ਸ਼ੁਰੂ ਦਾ ਪ੍ਰਵਾਸੀ ਨਾਵਲ ਜਿਹੜਾ ਹੈਗਾ ਸੀ, ਜ਼ਿਆਦਾਤਰ ਭਾਵਕ ਪੱਧਰ ਤੇ ਹੀ ਵਿਚਰਦਾ ਸੀ। ਇਸ ਤੋਂ ਇਲਾਵਾ ਜਿਹੜੇ ਇੱਕ ਆਪਣੇ ਸਰੋਕਾਰ ਦੇ ਨਾਲ ਰਿਲੇਟਡ, ਆਪਣੇ ਜਿਹੜੇ ਪੰਜਾਬ ਜਾਂ ਇੱਧਰ ਜਾਣ ਦੀ ਜਿਹੜੀ ਉਮੀਦ ਹੈ ਉਸਦੇ ਨਾਲ ਰਿਲੇਟਡ, ਇਹ ਭਾਵਕ ਤੌਰ ਤੇ ਹੀ ਵਿਚਰਨ ਵਾਲੇ ਸੀ। ਸ਼ੁਰੂਆਤੀ ਰੂਪ ਦੇ ਵਿੱਚ ਦਿਲਕਸ਼ ਕਿਸਮ ਦੇ ਜਿਹੜੇ ਰੋਮਾਂਟਿਕ ਚਿੱਤਰ ਵੀ ਪੇਸ਼ ਕੀਤੇ ਗਏ ਕਈ ਨਾਵਲਕਾਰਾਂ ਵੱਲੋਂ। ਇਸ ਤੋਂ ਇਲਾਵਾ ਮਨਜੀਤ ਰਾਣਾ ਦਾ ਜਿਹੜਾ ਨਾਵਲ ਸੀ, ਅੰਗਰੇਜ਼ ਕੁੜੀਆਂ ਪੱਛਮੀ ਜੀਵਨ ਸੰਦਰਭ ਦਾ ਸੂਚਨਾਤਮਕ ਤੇ ਰੋਮਾਂਚਕ ਵਿਦਾਰ ਸੱਜਣ ਵਾਲੀ ਇੱਕ ਰਚਨਾ ਸੀ। ਉਹਨਾਂ ਦਾ ਜਿਹੜਾ ਨਾਵਲ ਸੀ ਨਾ ਅੰਗਰੇਜ਼ ਕੁੜੀਆਂ, ਜ਼ਿਆਦਾਤਰ ਕੀ ਹੈਗਾ ਸੀ, ਪੱਛਮੀ ਜਿਹੜੇ ਜੀਵਨ ਉਸਦੇ ਵਿੱਚ ਉਹਨਾਂ ਦਾ ਇੱਕ ਸੂਚਨਾ ਦਿੱਤੀ ਸੀ ਉਹਨਾਂ ਨੇ ਕਿਸ ਤਰੀਕੇ ਦੇ ਸੀ, ਨਾਲ ਦੇ ਨਾਲ ਇੱਕ ਉਹਨਾਂ ਨੇ ਰੋਮਾਂਚਕ ਇੱਕ ਸਿਰਜਣਾ ਉਹਨਾਂ ਦੀ ਕੀਤੀ ਸੀ। ਦਿਲਬਾਗ ਵਾਸੀ ਜਿਹੜੇ ਹੈਗੇ ਸੀ, ਉਹਨਾਂ ਨੇ ਪੱਛਮੀ ਜੀਵਨ ਵਿਧੀ ਤੇ ਨਾਲ ਦੇ ਨਾਲ ਜਿਹੜੇ ਪ੍ਰਵਾਸੀ ਸੀ ਉਹਨਾਂ ਦੇ ਜੀਵਨ ਦੇ ਜਿਹੜੇ ਮਸਲੇ ਸੀ ਉਹਨਾਂ ਦਾ ਇੱਕ ਯਥਾਰਥ ਪੇਸ਼ ਕੀਤਾ ਸੀ ਸਾਨੂੰ, ਸਾਡੇ ਸਾਹਮਣੇ ਉਹ ਮਸਲੇ ਲੈ ਕੇ ਆਏ ਸੀ। ਇਸ ਤੇ ਜਿਹੜੇ ਨਾਵਲ ਸੀ ਨਾਲ, ਜੇਕਰ ਦੇਖਿਆ ਨਾ ਇਸ ਦੇ ਨਾਵਲ, ਮਤਲਬ ਅਸੀਂ ਪਿੱਛੇ ਦੀ ਹੀ ਗੱਲ ਕਰਦੇ ਪਏ ਹਾਂ। ਸੋ ਇਹਨਾਂ ਦੇ ਨਾਵਲਾਂ ਦੇ ਵਿੱਚ ਜਿਹੜੀ ਵਿਲਾਇਤੀ ਜ਼ਿੰਦਗੀ ਦੇ ਜਿਹੜੇ ਦਿਸਦੇ ਪਸਾਰ, ਉਹਨਾਂ ਦੀ ਤਹਿ ਵਿੱਚ ਜਿਹੜੇ ਸਰਗਰਮ ਕਿਰਿਆਵਾਂ ਸੀ, ਮਤਲਬ ਜੋ ਚੀਜ਼ਾਂ ਦਿਖਾਈਆਂ ਗਈਆਂ ਸੀ ਉਸਦੇ ਅੰਦਰ ਵੀ ਕੁਛ ਇਹੋ ਜਿਹੇ ਸੀ ਕਿਰਿਆਵਾਂ, ਪ੍ਰਤੀਕਿਰਿਆਵਾਂ, ਉਹਨਾਂ ਦੀ ਸਾਨੂੰ ਇੱਕ ਰੁਚੀ ਦਿਖਾਈ ਗਈ, ਉਹਨਾਂ ਦੇ ਵਿੱਚ ਸਾਨੂੰ ਕੀ ਮਿਲਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਦਿਖਾਇਆ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਮਾਸੂਮੀ ਤੇ ਕਪਟ ਰਿਸ਼ਤੇ ਜਿਹੜੇ ਸੀ ਉਹਨਾਂ ਦੀ ਆਲੋਚਨਾ ਕੀਤੀ ਸੀ। ਉਸ ਤੋਂ ਬਾਅਦ ਸਾਡੇ ਕੋਲ ਹਰਿੰਦਰ ਬਰਜਾ ਜਿਹੜੇ ਹੈਗੇ ਸੀ, ਉਹਨਾਂ ਨੇ ਹਕੀਕੀ ਪਸਾਰ ਜਿਹੜੇ ਸੀ ਉਹਨਾਂ ਦੀ ਪੇਸ਼ਕਾਰੀ ਕੀਤੀ ਸੀ ਆਪਣੇ ਨਾਵਲਾਂ ਦੇ ਵਿੱਚ। ਨਸਲ ਪ੍ਰਸਤੀ, ਆਵਾਜ਼, ਪ੍ਰਵਾਸ ਤੇ ਸੰਕਟ ਤੇ ਸੰਤਾਪ, ਇਹ ਜਿਹੜੇ ਵਿਸ਼ੇ ਸੀ ਆਪਣੇ ਨਾਵਲਾਂ ਦੇ ਵਿੱਚ ਪੇਸ਼ ਕੀਤੇ ਸੀ। ਇਸ ਤੋਂ ਇਲਾਵਾ ਮੋਹਨ ਸਿੰਘ ਕੁੱਕੜ ਪਿੰਡੀਆ ਜਿਹੜੇ ਸੀ, ਉਹਨਾਂ ਨੇ ਰੋਮਾਂਸ, ਯਥਾਰਥ
ਪਲਸ ਇਤਿਹਾਸਿਕ ਚੇਤਨਾ ਦੇ ਜਿਹੜੇ ਸੰਜਮਮਈ ਰਿਸ਼ਤੇ ਸੀ ਉਹਨਾਂ ਨੂੰ ਉਭਾਰਨ ਤੇ ਉਜਾਗਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਇਲਾਵਾ ਕੈਲਾਸ਼ਪੁਰੀ ਜਿਹੜੇ ਸੀ ਉਹਨਾਂ ਨੇ ਪੰਜਾਬੀ ਜੀਵਨ ਸ਼ੈਲੀ, ਇਸ ਤੋਂ ਇਲਾਵਾ ਜਿਹੜਾ ਸੱਭਿਆਚਾਰ ਸੀ ਉਸ ਵਿੱਚ ਜਿਹੜੇ ਕਾਮ ਦੇ ਖੁੱਲੇ ਤੇ ਵਰਜਿਤ ਜਿਹੜੇ ਸੰਬੰਧ ਸੀ ਉਹਨਾਂ ਨੂੰ ਪੇਸ਼ ਕੀਤਾ। ਔਰਤ ਮੇਨ ਇਸ ਦੇ ਵਿੱਚ ਸੀ, ਉਹਨਾਂ ਦੀਆਂ ਮਾਨਸਿਕ, ਸਰੀਰਕ ਤੇ ਇੱਕ ਸਮਾਜਿਕ ਲੋੜਾਂ ਸੀ, ਉਹਨਾਂ ਦੀਆਂ ਸਮੱਸਿਆਵਾਂ ਨੂੰ ਵੀ ਨਾਲ ਦੇ ਨਾਲ ਪੇਸ਼ ਕੀਤਾ ਸੀ। ਔਰਤ ਦੀ ਜਿਹੜੀ ਸੰਵੇਦਨਾ ਸੀ ਉਹਨਾਂ ਨੂੰ ਉਹਨਾਂ ਨੇ ਲਕੀਰੀ ਬਿਰਤਾਂਤ ਜਿਹੜਾ ਹੈਗਾ ਸੀ ਡਿਟੋ ਜਿਹੜਾ ਉਹਨੂੰ ਪੇਸ਼ ਕੀਤਾ ਸੀ। ਸੰਜਮਮਈ ਇੱਕ ਰਚਨਾ ਦ੍ਰਿਸ਼ਟੀ ਉਹਨਾਂ ਨੇ ਆਪਣੇ ਨਾਵਲਾਂ ਦੇ ਵਿੱਚ ਜ਼ਰੂਰ ਰੱਖੀ ਸੀ। ਅੱਗੇ ਆਏ ਤੇ ਸਾਡੇ ਕੋਲ ਰਿਸ਼ਤਿਆਂ ਦੀ ਯਾਤਰਾ, ਮਾਨਵੀ ਜਿਹੜੇ ਰਿਸ਼ਤੇ ਸੀ ਉਹਨਾਂ ਨੂੰ ਆਰਥਿਕਤਾ, ਮਤਲਬ ਜਿਹੜੇ ਰਿਸ਼ਤੇ ਸੀ ਉਸਦੇ ਵਿੱਚ ਆਰਥਿਕ ਪੱਖ ਕਿਵੇਂ ਭਾਰੀ ਹੋ ਜਾਂਦਾ ਹੈ ਜਾਂ ਆਰਥਿਕਤਾ ਕਿਵੇਂ ਇਹਨਾਂ ਨੂੰ ਇੱਕ ਮਜਬੂਰ ਕਰਦੀ ਗਈ ਹੈ, ਇਹਨਾਂ ਨੂੰ ਉਹਨਾਂ ਨੇ ਯਥਾਰਥਮਈ ਜਿਹੜੀ ਸ਼ੈਲੀ ਸੀ ਉਸਦੇ ਵਿੱਚ ਪੇਸ਼ ਕੀਤਾ ਸੀ। ਇਸ ਤੋਂ ਇਲਾਵਾ ਦਰਸ਼ਨ ਸਿੰਘ ਧੀਰ ਜਿਹੜੇ ਸੀ ਉਹਨਾਂ ਨੇ ਬਗਾਨੇ ਜਿਹੜੇ ਸਮਾਜ ਸੀ ਉਸ ਦੀਆਂ ਜਿਹੜੀਆਂ ਪਦਾਰਥਕ ਹਾਲਾਤ ਸੀ, ਸਮਾਜਿਕ ਸੱਭਿਆਚਾਰਕ ਸੰਕਟ ਤੇ ਮੂਲਵਾਸ ਜਿਹੜੇ ਸੀ ਉਹਨਾਂ ਦੀਆਂ ਸਮਾਜਿਕ ਤੇ ਸੱਭਿਆਚਾਰਕ ਬੇਤਰਤੀਬੇ ਦਾ ਜ਼ਿਕਰ ਕੀਤਾ ਸੀ। ਮਤਲਬ ਜਿਹੜਾ ਦੂਸਰਾ ਅਸੀਂ ਜਗ੍ਹਾ ਜਾਂਦੇ ਹਾਂ ਉੱਥੋਂ ਦਾ ਜਿਹੜੀਆਂ ਹਾਲਾਤ ਨੇ, ਪਦਾਰਥਕ ਹਾਲਾਤ ਮੀਨਸ ਜਿਵੇਂ ਉੱਥੇ ਕਮਾਈ ਜਿਹੜੀ ਆਉਂਦੀ ਗਈ ਆ, ਨਾਲ ਦੇ ਨਾਲ ਸੱਭਿਆਚਾਰਕ ਸੰਕਟ, ਇੱਕ ਦੂਜੇ ਨਾਲ ਜਦੋਂ ਰਿਲੇਸ਼ਨ ਰੱਖਣਾ ਹੁੰਦਾ ਹੈ, ਇੱਕ ਦੂਜੇ ਦੇ ਨਾਲ ਜਦੋਂ ਅਸੀਂ ਇੱਕ ਰਿਸ਼ਤਾ ਰੱਖਦੇ ਹਾਂ ਤਾਂ ਉੱਥੇ ਕੀ ਸੰਕਟ ਸਾਨੂੰ ਮਿਲਦੇ ਹੈਗੇ ਨੇ ਉਹਨਾਂ ਦਾ ਕਲਚਰ, ਆਪਣੇ ਕਲਚਰ ਦੇ ਵਿੱਚ, ਤੇ ਨਾਲ ਦੇ ਨਾਲ ਜਦੋਂ ਉੱਥੇ ਇਸ ਤਰੀਕੇ ਨਾਲ ਜਦੋਂ ਇੱਕ ਪਰਸਨ ਵਿਚਰਦਾ ਹੈ ਉਹਨੂੰ ਸਮਾਜ ਤੇ ਸੱਭਿਆਚਾਰ ਦੇ ਵਿੱਚ ਕਿਸ ਤਰੀਕੇ ਨਾਲ ਦੇਖਿਆ ਜਾਂਦਾ ਹੈ, ਕੀ ਸਮੱਸਿਆ ਆਉਂਦੀ ਹੈ, ਇਸ ਸਭ ਦਾ ਜ਼ਿਕਰ ਉਹਨਾਂ ਨੇ ਕੀਤਾ ਸੀ। ਫਿਰ ਉਹਨਾਂ ਨੇ ਸੰਜਮਮਈ ਇੱਕ ਪੇਸ਼ਕਾਰੀ ਕੀਤੀ ਸੀ, ਆਪਣੇ ਉਹਨਾਂ ਨੇ ਆਪਣੇ ਆਪਣੇ ਰਾਹ ਜਿਹੜਾ ਨਾਵਲ ਸੀ ਨਾ ਉਹਨੂੰ ਇੱਕ ਲਕੀਰੀ ਬਿਰਤਾਂਤ ਦੇ ਥਰੂ ਪੇਸ਼ ਕੀਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਪ੍ਰਵਾਸ ਧਾਰਨ ਕਰਨ ਦੀ ਜਿਹੜੀ ਪ੍ਰਵਿਰਤੀ ਸੀ, ਨਾਲ ਦੇ ਨਾਲ ਨਸਲੀ ਵਿਤਕਰਾ ਜਿਹੜਾ ਉਸਦੇ ਨਾਲ ਹੋਈ ਜਿਹੜੀ ਮਾਨਸਿਕ ਟੁੱਟ ਭੱਜ ਸੀ, ਇੱਕ ਬੰਦਾ ਜਦੋਂ ਅੰਦਰ ਤਿਲਕ ਜਾਂਦਾ ਹੈ ਉਸਨੂੰ ਪੇਸ਼ ਕੀਤਾ ਸੀ। ਸੰਘਰਸ਼ ਜਿਹੜਾ ਨਾਵਲ ਸੀ ਉਹਨਾਂ ਦਾ, ਉਹਨਾਂ ਨੇ ਪੂਰਬੀ ਤੇ ਪੱਛਮੀ ਜਿਹੜਾ ਸੱਭਿਆਚਾਰ ਸੀ, ਇੱਧਰ ਤੇ ਉੱਧਰ ਦਾ ਜਿਹੜਾ ਕਲਚਰ ਸੀ, ਕੀ ਕਦਰਾਂ ਕੀਮਤਾਂ ਹੈਗੀਆਂ ਨੇ ਤੇ ਕੀ ਵਿਲੱਖਣਤਾਵਾਂ ਸੀ, ਉਹਨਾਂ ਨੂੰ ਇੱਕ ਬਿਰਤਾਂਤ ਰੂਪ ਦੇ ਵਿੱਚ ਪੇਸ਼ ਕੀਤਾ ਸੀ। ਫਿਰ ਨਸਲੀ ਵਿਤਕਰਾ ਆਇੰਦਾ ਸੀ, ਮਜ਼ਦੂਰ ਸ਼੍ਰੇਣੀ ਤੇ ਮਾਲਕ ਸ਼੍ਰੇਣੀ ਦੇ ਵਿਚਕਾਰ ਜਿਹੜਾ ਰਿਸ਼ਤਾ ਹੁੰਦਾ ਹੈ, ਜੋ ਦੁਬੰਧ ਆਇਆ ਸੀ, ਇਸ ਤੋਂ ਇਲਾਵਾ ਵੱਖਰਾ ਵੱਖਰਾ ਜਿਹੜਾ ਸੱਭਿਆਚਾਰ, ਉਹਨਾਂ ਦਾ ਜੀਵਨ ਢੰਗ ਸਾਡੇ ਜੀਵਨ ਢੰਗ ਦੇ ਨਾਲ ਕਿਵੇਂ ਅਲੱਗ ਹੈ, ਕਿਵੇਂ ਉਹਨਾਂ ਜੀਵਨ 'ਚ ਖੁੱਲ੍ਹ ਹੈ ਸਾਡੇ ਨਹੀਂ ਹੈ, ਸੋ ਇਸ ਤਰੀਕੇ ਦੇ ਜਿਹੜੇ ਅੰਤਰ ਸੀ ਇਹਨਾਂ ਨੂੰ ਪੇਸ਼ ਕੀਤਾ ਸੀ। ਨਾਲ ਦੇ ਨਾਲ ਉਹਨਾਂ ਦਾ ਅਗਲਾ ਨਾਵਲ ਜਿਹੜਾ ਹੈਗਾ ਸੀ ਧੁੰਦਲਾ ਸੁਨਾ, ਜਾਅਲੀ ਤੌਰ ਤੇ ਜਿਹੜਾ ਪ੍ਰਵਾਸ ਧਾਰਨ ਕਰਨ ਦੀ ਜਿਹੜੀ ਇੱਕ ਸਮੱਸਿਆ ਸੀ ਉਸਨੂੰ ਉਹਨਾਂ ਨੇ ਇਸ ਦੇ ਵਿੱਚ ਬਿਆਨ ਕੀਤਾ ਸੀ। ਨਾਲ ਦੇ ਨਾਲ ਪੰਜਾਬੀ ਜਿਹੜਾ ਭਾਈਚਾਰਾ ਹੈ ਉਸਦੇ ਜਿਹੜੇ ਅੰਤਰ ਵਿਰੋਧ ਤੇ ਜੀਵਨ ਜਾਂਚ ਉਹਨੂੰ ਵੀ ਪੇਸ਼ ਕੀਤਾ ਸੀ। ਘਰ ਦੇ ਕਮਰੇ ਪੈੜਾਂ ਦੇ ਆਰ ਪਾਰ ਵਿੱਚ ਉਹਨਾਂ ਨੇ ਵੱਖਰੀ ਰਹਿਤਲ, ਮਤਲਬ ਉੱਧਰ ਜਿਹੜੇ ਰਹਿਤਲ ਹੈ ਰਹਿਣੀ ਪੈਣੀ ਹੈ, ਇਹਨਾਂ ਦੇ ਨਾਲ ਉਹਨਾਂ ਦਾ ਭੇਦਭਾਵ ਜਿਹੜਾ ਨਸਲੀ ਤੇ ਪੀੜ੍ਹੀ ਪਾੜਾ ਇਹ ਜਿਹੜਾ ਹੈਗਾ ਸੀ ਉਹਨਾਂ ਨੇ ਬਿਆਨ ਕੀਤਾ ਸੀ। ਸਵਰਨ ਚੰਦਰ ਜਦੋਂ ਆਏਂਦੇ ਗਏ ਉਹਨਾਂ ਨੇ ਆਪਣੀ ਮਾਰਕਸਵਾਦੀ ਵਿਚਾਰਧਾਰਾ ਨੂੰ ਲੈ ਕੇ ਨਾਵਲ ਲਿਖਿਆ ਸੀ, ਨਵੇਂ ਰਿਸ਼ਤੇ ਤੇ ਪੰਜਾਬੀ ਰਿਸ਼ਤਿਆਂ ਦੇ ਖੱਪਿਆਂ ਨੂੰ ਪੇਸ਼ ਕਰਦੇ ਨੇ ਉਹ, ਕੱਚੇ ਘਰ ਦੰਪਤੀ ਜੀਵਨ ਨੂੰ ਪੇਸ਼ ਕਰਦਾ ਹੈ ਜਿਹੜਾ ਨਾਵਲ ਹੈਗਾ ਹੈ। ਇਸ ਵਿੱਚ ਘਰ ਰਿਸ਼ਤੇ ਤੇ ਪੱਛਮੀ ਸਮਾਜ ਜਿਹੜਾ ਹੈ ਉਸਦੀ ਆਰਥਿਕਤਾ ਦੀ ਦ੍ਰਿਸ਼ਟੀ ਤੋਂ ਪੇਸ਼ ਹੋਏ ਇਹ ਨਾਵਲ ਮਿਲਦੇ ਨੇ। ਇਸ ਤੋਂ ਇਲਾਵਾ ਅਗਰ ਹੋਰ ਦੇਖਿਆ ਜਾਏ ਸਾਡੇ ਕੋਲ ਜਿਹੜਾ ਕੰਜਕਾਂ ਨਾਵਲ ਹੈਗਾ ਹੈ ਇਹ ਮਹਾਂਕਾਵਿਕ ਸੁਭਾਅ ਦਾ ਨਾਵਲ ਮੰਨਿਆ ਜਾਂਦਾ ਹੈ। ਔਰਤ ਦੀ ਜਿਹੜੀ ਦੁਖਾਂਤਮਈ ਸਥਿਤੀ ਹੈਗੀ ਸੀ ਉਸਦੀ ਪੇਸ਼ਕਾਰੀ ਇਸ ਨਾਵਲ ਦਾ ਇੱਕ ਮੁੱਖ ਵਿਸ਼ਾ ਸੀ।
ਉਜਾੜਾ, ਤਸਦੀਕ ਤੇ ਰੋਹ ਵਿਦਰੋਹ, ਦੇਸ਼ ਵੰਡ ਦੇ ਨਾਲ ਸੰਬੰਧਿਤ ਜਿਹੜੇ ਦੁਖਾਂ ਸੀ ਉਸਨੂੰ ਪੇਸ਼ ਕਰਦੇ ਉਹਨਾਂ ਦੇ ਨਾਵਲ ਸੀ। ਇਸ ਤੋਂ ਇਲਾਵਾ ਹਜੀਤ ਅਟਵਾਲ ਅਗਰ ਦੇਖਿਆ ਜਾਵੇ ਉਹਨਾਂ ਦੇ ਨਾਵਲ ਖਾਮੋਸ਼ੀ, ਸੰਕੇਤ ਤੇ ਪ੍ਰਤੀਕ ਤੇ ਅੰਤਰ ਤੇ ਵਿਰੋਧਾਭਾਸ ਜਿਹੜੇ ਗਲਤੀ ਆਧਾਰ ਹੈ ਉਹਨਾਂ ਦੀ ਸਿਰਜਣਾ ਕਰਦੇ ਨੇ। ਮਤਲਬ ਉਹਨਾਂ ਦੇ ਨਾਵਲ 'ਚ ਸਾਨੂੰ ਖਾਮੋਸ਼ੀਆਂ ਤੇ ਖਾਮੋਸ਼ੀਆਂ ਨਾਲ ਜਿਹੜੀਆਂ ਚੀਜ਼ਾਂ ਅਸੀਂ ਉਸ ਤਰੀਕੇ ਦੇ ਨਾਲ ਸੰਕੇਤ ਪ੍ਰਤੀਕ ਇਹਨਾਂ ਥਰੂ ਸਮਝਾ ਸਕਦੇ ਹਾਂ ਤੇ ਇਹਨਾਂ ਦੇ ਵਿੱਚ ਜਿਹੜਾ ਵਿਰੋਧਾਭਾਸ ਹੁੰਦਾ ਹੈ ਉਹਨੂੰ ਇਹਨਾਂ ਨੇ ਪੇਸ਼ ਕੀਤਾ ਹੈ। ਪਾਤਰ ਜਿਹੜੇ ਆ ਸੰਘਰਸ਼ ਕਰਕੇ ਆਪਣੀ ਥਾਂ ਬਣਾਉਣ ਦੇ ਵਿੱਚ ਯਤਨਸ਼ੀਲ ਸੀ। ਇਸ ਤੋਂ ਇਲਾਵਾ ਖੁੱਲ ਉਪਭੋਗ ਤੇ ਵਿਲਾਸ ਇਸ ਨੂੰ ਉਲੀਕ ਦੇ ਇਹਨਾਂ ਦੇ ਨਾਵਲ ਸਾਨੂੰ ਜ਼ਿਆਦਾਤਰ ਦੇਖੇ ਜਾਂਦੇ ਨੇ। ਰੇਤ ਜਿਹੜਾ ਨਾਵਲ ਹੈ ਮਾਨਵੀ ਸੰਬੰਧਾਂ 'ਚ ਆ ਚੁੱਕੀ ਅਸਥਿਰਤਾ ਜਿਹੜੀ ਆ ਉਹਨੂੰ ਪੇਸ਼ ਕਰਦਾ ਹੈ। ਨਕਸ਼ ਦੀ ਪੰਜ ਕੋਹਾਂ ਪੰਜਾਬੀ ਮਨੁੱਖ ਨੂੰ ਨਵੇਂ ਰਿਸ਼ਤਿਆਂ ਦੇ ਵਿੱਚੋਂ ਮੂਰਤੀਮਾਨ ਕਰਦਾ। ਮਤਲਬ ਜਿਵੇਂ ਬਾਹਰ ਜਾ ਕੇ ਕਿਸ ਤਰੀਕੇ ਨਾਲ ਰਿਸ਼ਤੇ ਇੱਕ ਬਣਾਉਂਦਾ ਹੈ, ਕਿਸ ਤਰੀਕੇ ਨਾਲ ਉੱਥੇ ਰਹਿੰਦਾ ਹੈ, ਸੋ ਇਸ ਤਰੀਕੇ ਦੇ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਨਵੇਂ ਸਿਰੇ ਕਿਵੇਂ ਉਸਨੂੰ ਪੇਸ਼ ਕੀਤਾ ਹੈ। ਸੁਸ਼ੀਲ ਕੌਰ ਜਿਹੜੇ ਸੀ ਉਹਨਾਂ ਦਾ ਮੇਨ ਵਿਸ਼ਾ ਕੀ ਸੀ? ਔਰਤ ਦਾ ਸੰਤਾਪ, ਔਰਤ ਦੀ ਸਥਿਤੀ ਉਸਨੂੰ ਹੀ ਬਿਆਨ ਕਰਨਾ। ਸ਼ਿਵਚਰਨ ਗਿੱਲ ਜਿਹੜੇ ਸੀ ਉਹ ਪੀੜ੍ਹੀ ਦਰ ਪੀੜ੍ਹੀ ਪੈ ਰਹੇ ਜਿਹੜਾ ਪਾੜਾ ਸੀ ਉਸ ਨਾਲ ਵਾਪਰਨ ਵਾਲੇ ਜਿਹੜੇ ਮਾਨਸਿਕ ਤੇ ਸਮਾਜਿਕ ਕਿ ਇੱਕ ਪੀੜ੍ਹੀ ਦੂਜੀ ਪੀੜ੍ਹੀ ਨੂੰ ਨਹੀਂ ਸਮਝ ਸਕਦੀ, ਜਿਸ ਨਾਲ ਉਹਨਾਂ ਦੇ ਵਿੱਚ ਮਾਨਸਿਕ ਤੌਰ ਤੇ ਸਮਾਜਿਕ ਤੌਰ ਤੇ ਜਿਹੜੇ ਵਿਰੋਧ ਆਉਂਦੇ ਨੇ ਉਹਨਾਂ ਨੂੰ ਪੇਸ਼ ਕਰਦੇ ਨੇ। ਤੇ ਪਹਿਲਾ ਜਿਹੜਾ ਅਗਰ ਦੇਖਿਆ ਜਾਵੇ ਪ੍ਰਵਾਸੀ ਨਾਵਲ ਸਾਨੂੰ 1953 ਦੇ ਵਿੱਚ ਕੇਸਰ ਸਿੰਘ ਵੱਲੋਂ ਲਹਿਰ ਵੱਧਦੀ ਗਈ ਸੀ ਲੇਖਣ ਛਾਪਿਆ ਗਿਆ ਮਿਲਦਾ ਹੈ। ਤੇ ਪ੍ਰਵਾਸੀ ਨਾਵਲ ਜਿਹੜਾ ਸੀ ਉਹਨਾਂ ਨੇ 50ਵੇਂ ਦਹਾਕੇ ਦੇ ਆਰੰਭ ਦੇ ਵਿੱਚ ਇੱਕ ਆਪਣਾ ਪੂਰੇ ਦਾ ਪੂਰਾ ਸਰੂਪ ਜਿਹੜਾ ਸੀ ਉਹ ਧਾਰਨ ਕੀਤਾ ਸੀ ਤੇ ਦਰਸ਼ਨ ਧੀਰ ਜੀਵਨ ਵਿੱਚ ਲਈ ਯਥਾਰਥ ਨੂੰ ਸਮਾਜਿਕ ਤੇ ਮਨੋਵਿਗਿਆਨਿਕ ਰੂਪ ਦੇ ਵਿੱਚ ਪੇਸ਼ ਕਰਦੇ ਹਨ। ਇਹ ਜਿਹੜੇ ਗਏ ਸੀ ਸਾਡੇ ਕੋਲ ਸਰੋਕਾਰ ਨਾਵਲਾਂ ਦੇ ਵਿੱਚ ਪੇਸ਼ ਕੀਤੇ ਗਏ ਸੀ ਜਿਹੜੇ, ਤੇ ਇੱਥੋਂ ਤੁਸੀਂ ਇੱਕ ਆਈਡੀਆ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਨਾਵਲ ਜਿਹੜੇ ਸੀ ਉਹਨਾਂ ਨੂੰ ਲੈ ਕੇ ਲਿਖਿਆ ਗਿਆ ਸੀ। ਤੇ ਇਹ ਸਰੋਕਾਰ ਜਿਹੜੇ ਸਾਨੂੰ ਮੇਨ ਹੀ ਮਿਲਦੇ ਨੇ। ਬਾਕੀ ਜਿਹੜਾ ਹੋਏਗਾ ਅਸੀਂ ਅਗਲੀ ਵੀਡੀਓਜ਼ ਦੇ ਵਿੱਚ ਕਰਾਂਗੇ, ਸੋ ਵੀਡੀਓ ਦੇਖਦੇ ਰਹੋ ਤੇ ਲਾਈਕ ਸਬਸਕ੍ਰਾਈਬ ਕਰਕੇ ਜਾਇਓ। ਓਕੇ ਜੀ, ਬਾਏ ਬਾਏ।